ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵੇ ਸਖ ਧੀਰਨ ਕਿਉ ਵਾਢਿਆ ਜਿਨ੍ਹਾਂ ਪ੍ਰੇਮ ਵਿਛੋਹ ਹਰ ਸਾਜਨ ਪੁਰਖ ਵਿਸਾਰਕੈ ਲੱਗੀ ਮਾਇਆ ਤੋ ਵੈਸਾਖ ਧੀਰਨ ਕਿਉ ਵਾਡਿਆ ਜਨਾ ਪ੍ਰੇਮ ਬਿਸ਼ੋ ਹਰ ਸਾਜਨ ਪੁਰਖ ਵਿਸਾਰਿ ਕੈ ਲੱਗੀ ਮਾਇਆ ਤੋ ਪੁੱਤਰ ਕਲਤਰ ਨਾ ਸੰਗ ਧਨ ਹਰ ਅਵਿਨਾਸੀ ਹੋ ਪਲਚ ਪਲਚ ਸਗਲੀ ਮੁਈ ਝੂਠ ਹੈ ਧੰਦ ਮੋਹ ਇਕਸ ਹਰ ਕੇ ਨਾਮ ਬਿਨ ਅਗਲੈ ਇਹ ਖੋਹਿ ਦਇਓ ਵਿਸਾਰੇ ਵਿਗੁਚਣਾ ਪ੍ਰਭ ਬਿਨ ਅਵਰ ਨ ਕੋਈ ਪ੍ਰੀਤਮ ਚਰਣੀ ਜੋ ਲੱਗੇ ਤਨ ਕੀ ਨਿਰਮਲ ਸੋਈ ਨਨਕ ਕੀ ਪ੍ਰਭ ਬੇਨਤੀ ਪ੍ਰਭ ਮਿਲ ਹੋ ਪ੍ਰਾਪਤ ਹੋਇ ਅਵੇ ਸਾਖ ਸੁਹਾਵਾ ਤਾਂ ਲੱਗੈ ਜਸੰਤ ਭੇਟੈ ਹਰ ਸੋ ਨਨਕ ਕੀ ਪ੍ਰਭ ਬੇਨਤੀ ਪ੍ਰਭ ਮਿਲ ਹੋ ਪ੍ਰਾਪਤ ਹੋਈ ਵੈਸਾਖ ਸੁਹਾਵਾ ਤਾਂ ਲੱਗੈ ਜਸੰਤ ਭੇਟੈ ਹਰ ਸੋਈ ਵੈ ਸਖ ਧੀਰਨ ਕਿਉ ਵਡਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਗਰੀਬ ਨਿਵਾਜ਼ ਸਤਿਗੁਰੂ ਸਾਹਿਬ ਜੀ ਕਿਰਪਾ ਕੀਤੀ ਹੈ ਪਿਛਲਾ ਮਹੀਨਾ ਵੀ ਚੜ੍ਹਦੀ ਕਲਾ ਵਾਲਾ ਬਤੀਤ ਹੋਇਆ ਹੈ ਮਹਾਰਾਜੀ ਕਿਰਪਾ ਦੇ ਨਾਲ ਅੱਜ ਵਿਸਾਖ ਦਾ ਮਹੀਨਾ ਆਰੰਭ ਹੋਇਆ ਹੈ ਵਿਸਾਖ ਦੇ ਮਹੀਨੇ ਦੀ ਸੰਗ੍ਰਾਂਦ ਹੈ ਇਹ ਉਹ ਮਹੀਨਾ ਹੈ ਜਿਹਨੂੰ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੇ ਆਖਿਆ ਹੈ ਵੈਸਾਖ ਭਲਾ ਸਾਖਾ ਵੇਸ ਕਰੇ ਵਿਸਾਖ ਦੇ ਮਹੀਨੇ ਨੂੰ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਬੜਾ ਭਲਾ ਆਖਦੇ ਹਨ ਇਹ ਵਧੀਆ ਹੈ ਚੰਗਾ ਹੈ ਵਹਿ ਤਾਂ ਸਾਰੇ ਦਿਨ ਹੀ ਚੰਗੇ ਹਨ ਬਰ ਮਾਰੇ ਕਿੰਦੇ ਖਾਸ ਭਲਾ ਤਾਂ ਹੈ ਕਿਉਂਕਿ ਇਸ ਮਹੀਨੇ ਦੇ ਅੰਦਰ ਦਰਖਤਾਂ ਦੀਆਂ ਜਿਹੜੀਆਂ ਸ਼ਖਾਵਾਂ ਨੇ ਟਾਹਣੀਆਂ ਨੇ ਉਹ ਕਰੁੰਬਲਾਂ ਜਿਹੜੀਆਂ ਨੇ ਉਹ ਨਵੇਂ ਸਿਰਿਓਂ ਪੈਦਾ ਹੁੰਦੀਆਂ ਨੇ ਉਹ ਨਵੇਂ ਸਿਰਿਓਂ ਪਰਫਲਤ ਹੋਣ ਕਰਕੇ ਇਹ ਬੜਾ ਭਾਗਾ ਵਾਲਾ ਮਹੀਨਾ ਜਾਪਦਾ ਹੈ ਬੜਾ ਵਧੀਆ ਮੌਸਮ ਹੈ ਇਹ ਉਹੀ ਵਿਸਾਖ ਦਾ ਮਹੀਨਾ ਹੈ ਜਿਹਦੇ ਨਾਲ ਸਿੱਖ ਧਰਮ ਦੇ ਬੜੇ ਇਤਿਹਾਸਕ ਦਿਨ ਜੁੜੇ ਹੋਏ ਹਨ 1699 ਦੀ ਵਿਸਾਖੀ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਬੜੀ ਬੜੀ ਦੂਰ ਤੱਕ ਸੰਗਤਾਂ ਨੂੰ ਸਨੇਹ ਭੇਜੇ ਹਿੰਦੁਸਤਾਨ ਦੇ ਕੋਨੇ-ਕੋਨੇ ਤੱਕ ਸਨੇਹਾ ਪਹਚਾਇਆ ਜਿੱਥੇ ਵੀ ਕੋਈ ਨਾਨਕ ਨਾਮ ਲੈਵਾ ਸੰਗਤ ਹੈ ਸਿੱਖ ਹੈ ਪ੍ਰੇਮੀ ਹੈ ਸਾਰੇ ਸਿੱਖ ਹਾਜ਼ਰ ਹੋਵੋ ਗੁਰੂ ਜੀ ਦਾ ਹੁਕਮ ਪਾ ਕੇ ਦੂਰੋਂ ਨੇੜਿਆਂ ਸੰਗਤਾਂ ਚੱਲ ਕੇ ਆਈਆਂ ਰਾਤ ਕਈ ਠਹਿਰੇ ਅੰਮ੍ਰਿਤ ਵੇਲੇ ਆਸਾ ਦੀ ਵਾਰ ਦਾ ਕੀਰਤਨ ਆਇਆ ਤੇ ਸਟੇਜ ਦੇ ਪਿਛਲੇ ਪਾਸਿਓਂ ਥੋੜਾ ਜਿਹਾ ਤੰਬੂ ਹਿਲਦਾ ਹੈ ਸੰਗਤਾਂ ਕੀ ਤੱਕਦੀਆਂ ਨੇ ਤਾਨ ਗੁਰ ਗੋਬਿੰਦ ਸਿੰਘ ਸਾਹਿਬ ਜੀ ਮਾਰੇ ਪ੍ਰਗਟ ਹੁੰਦੇ ਨੇ ਸਾਹਮਣੇ ਮਹਾਰਾਜ ਦੇ ਸਿਰ 'ਤੇ ਸੁੰਦਰ ਦਸਤਾਰਾ ਉਤੇ ਚੱਕਰ ਲਿਸ਼ਕਾ ਮਾਰ ਰਿਹਾ ਹੈ ਮਥੇ ਤੇ ਹੀਰੀਆਂ ਨਾਲ ਜੜੀ ਹੋਈ ਕਲਗੀੰਦ ਸ਼ਕਾਰੇ ਮਾਰਦੀ ਏ। ਨੇਤਰ ਬੀਰਸ ਦੇ ਵਿੱਚ ਸੁਰਖ ਹੋਏ ਨੇ ਮਹਾਰਾਜ ਦੇ ਤੇ ਮਹਾਰਾਜ ਦਾ ਚਿਹਰਾ ਰੋਹ ਦੇ ਵਿੱਚ ਟਣਿਆ ਹੋਇਆ ਹੈ। ਤੇ ਸੱਜੇ ਹੱਥ ਦੇ ਵਿੱਚ ਬਿਜਲੀ ਵਾਂਗ ਚਮਕਦੀ ਹੋਈ ਇੱਕ ਸ਼ਮਸ਼ੀਰ ਸ੍ਰੀ ਸਾਹਿਬ ਕਿਰਪਾਨ ਫੜੀ ਹੋਈ ਹੈ ਮਹਾਰਾਜ ਨੇ। ਸਾਹਮਣੇ ਸੰਗਤਾਂ ਪਈਆਂ ਤੱਕਦੀਆਂ ਨੇ, ਕਿਆ ਨਜ਼ਾਰਾ ਹੈ। ਬਹੁਤਿਆਂ ਨੇ ਪਹਿਲੀ ਵਾਰੀ ਮਹਾਰਾਜ ਦੇ ਇਸ ਰੂਪ ਨੂੰ ਤੱਕਿਆ ਸੀ ਇਸ ਬੀਰਸ ਦੇ ਵਿੱਚ। ਗਰਜਵੀਂ ਆਵਾਜ਼ ਦੇ ਵਿੱਚ ਮਹਾਰਾਜ ਸੰਗਤਾਂ ਨੂੰ ਸੰਬੋਧਨ ਹੁੰਦਿਆਂ ਆਖਦੇ ਨੇ ਸਾਨੂੰ ਕੁਝ ਸਿਰਾਂ ਦੀ ਲੋੜ ਹੈ ਕੋਈ ਹੈ ਨਾ ਸੇ ਸਿੱਖ ਜਿਹੜੇ ਆਪਣਾ ਸੀਸ ਭੇਟਾ ਕਰ ਸਕਦੇ ਹੋ ਹੁਣ ਗੁਰੂ ਨੂੰ ਪਹਿਲੀ ਆਵਾਜ਼ ਦੇ ਵਿੱਚ ਕੋਈ ਨਾ ਉઠਿਆ ਦੂਸਰੀ ਵਿੱਚ ਕੋਈ ਨਾ ਉਠਿਆ ਤੀਸਰੀ ਵਾਰ ਮਹਾਰਾਜ ਨੇ ਹੋਰ ਰੋਹ ਦੇ ਵਿੱਚ ਆਣ ਕੇ ਆਖਿਆ ਸਾਨੂੰ ਸੀਸ ਦੀ ਲੋੜ ਹੈ ਕੋਈ ਹੈ ਸੂਰਮਾ ਸੀਸ ਦੇਣ ਵਾਸਤੇ ਤਿਆਰ ਹੋਵੇ ਭਾਈ ਦਇਆਰਾਮ ਜੀ ਉੱਠੇ ਹਨ ਖਤਨਾ ਜੋੜ ਕੇ ਪਹਿਲਾ ਮਾਫੀ ਮੰਗੀ ਹੈ ਖਿਮਾ ਜਾਂਚਨਾ ਕੀਤੀ ਹੈ ਮਹਾਰਾਜ ਤੁਹਾਡੇ ਦੋ ਵਾਰੀ ਆਵਾਜ਼ ਦੇਣ ਤੇ ਤੁਹਾਡੇ ਦੋ ਵਾਰ ਹੁਕਮ ਕਰਨ ਤੇ ਦਾਸ ਹਾਜ਼ਰ ਨਹੀਂ ਹੋ ਸਕਿਆ ਮਹਾਰਾਜ ਇਸ ਅਵਗਿਆ ਨੂੰ ਮਾਫ ਕਰ ਦਿਓ ਦਾਸ ਦਾ ਸੀਸ ਤੁਹਾਡੇ ਲਈ ਹਾਜ਼ਰ ਹੈ ਇਹ ਪਹਿਲੇ ਦਿਨ ਤੋਂ ਹੀ ਹਾਜ਼ਰ ਕਰ ਦਿੱਤਾ ਸੀ ਜਿੱਦਨ ਤੁਹਾਡੀ ਸ਼ਰਨ ਕਰਨ ਕੀਤੀ ਸੀ ਮਹਾਰਾਜ ਇਹ ਤੁਹਾਡਾ ਹੈ ਤੁਹਾਨੂੰ ਸੰਪਿਆ ਹੋਇਆ ਸਿਰ ਹੈ ਮਹਾਰਾਜ ਸੀਸ ਹਾਜ਼ਰ ਹੈ ਅੱਜ ਵਾਲੇ ਦਿਨ ਭਾਈ ਦਇਆਰਾਮ ਨੂੰ ਬਾਹਾਂ ਤੋਂ ਫੜ ਕੇ ਤੰਬੂ ਵਿੱਚ ਲੈ ਜਾਂਦੇ ਹਨ ਤੇ ਸਿਰ ਨੂੰ ਧੜਦੇ ਨਾਲ ਵਖ ਕਰ ਦਿੰਦੇ ਨੇ ਇਸੇ ਤਰ੍ਹਾਂ ਫੇਰ ਆਣ ਕੇ ਵਾਜ ਦਿੰਦੇ ਨੇ ਵਾਰੀ ਵਾਰੀ ਇਤਿਹਾਸ ਸਾਹਿਬ ਜੀ ਨੇ ਬੜੀ ਵਾਰੀ ਪੜਿਆ ਸੁਣਿਆ ਹੈ ਇਸੇ ਤਰ੍ਹਾਂ ਬਾਕੀ ਸਿੰਘਾਂ ਦੇ ਸੀਸ ਲੈ ਕਰਕੇ ਖੂਨ ਨਾਲ ਲਿਬੜੀ ਹੋਈ ਤਲਵਾਰ ਨੂੰ ਲਹਿਰਾ ਰਹੇ ਨੇ ਮਹਾਰਾਜ ਦੇ ਦੇ ਉੱਤੇ ਸੰਗਤਾਂ ਦੇ ਸਾਹਮਣੇ ਤੇ ਬਹੁਤ ਇਹ ਤਾਂ ਭੱਜ ਗਏ ਸਨ ਵੇਖ ਕੇ ਵੀ ਇਹ ਕੌਤਕ ਕੀ ਮਾਰੇ ਵਰਤਾਇਆ ਹੈ ਇਹ ਗੁਰੂ ਦੀਆਂ ਗੁਰੂ ਇਹ ਜਾਣੇ ਫਿਰ ਮਾਰੇ ਨੇ ਸਤਗੁਰ ਮੇਰਾ ਮਾਰਜੀ ਵਾਲਾ ਇਸ ਮੁਖ ਵਾਕ ਦੇ ਅਨਸਾਰ ਮਾਰੇ ਨੇ ਪੰਜਾਂ ਦੇ ਸਿਰ ਨੂੰ ਫਿਰ ਦੁਬਾਰਾ ਜੋੜ ਕੇ ਜੀਵਿਤ ਕੀਤਾ ਹੈ ਖੰਡੇ ਬਾਟੇ ਦਾ ਅੰਮ੍ਰਿਤ ਿਆਰ ਕੀਤਾ ਹੈ ਪੰਜ ਬਾਣੀਆਂ ਪੜੀਆਂ ਹਨ ਪੰਜਾਂ ਸਿੰਘਾਂ ਨੂੰ ਅੰਮ੍ਰਿਤ ਛਕਾ ਕਰਕੇ ਬਾਅਦ ਵਿੱਚ ਬੀਰ ਆਸਣ ਲਗਾ ਕਰਕੇ ਹੱਥ ਜੋੜ ਕੇ ਪੰਜਾਂ ਕੋਲੋਂ ਜਾਚਨਾ ਕਰਦੇ ਨੇ ਅੰਮ੍ਰਿਤ ਦੀ ਤੇ ਪੰਜ ਪਿਆਰਿਆਂ ਦਾ ਨਾਮ ਦੇ ਕੇ ਸਿੰਘ ਜੋੜ ਕੇ ਖਾਲਸਾ ਜੋੜ ਕੇ ਉਹਨਾਂ ਪੰਜਾਂ ਸਿੰਘਾਂ ਨੂੰ ਕਹਿੰਦੇ ਨੇ ਮੈਨੂੰ ਵੀ ਅੰਮ੍ਰਿਤ ਦੇ ਦਿਓ ਤੇ ਉਹ ਵੀ ਗੁਰੂ ਕੇ ਪਿਆਰ ਵਾਲੇ ਆਖਣ ਲੱਗੇ ਮਹਾਰਾਜ ਤੁਹਾਨੂੰ ਅੰਮ੍ਰਿਤ ਦੀ ਕੀ ਲੋੜ ਹੈ ਤੁਸੀਂ ਤਾਂ ਆਪ ਅੰਮ੍ਰਿਤ ਦੇ ਦਾਤੇ ਹੋ ਆਪ ਪਰਮੇਸ਼ਰ ਹੋ ਤੇ ਮਹਾਰਾਜ ਕਹਿਣ ਲੱਗੇ ਨਹੀਂ ਭਾਈ ਇਹ ਮੈਨੂੰ ਅਕਾਲ ਪੁਰਖ ਦਾ ਹੁਕਮ ਹੈ ਤੇ ਹੁਕਮ ਦੇ ਅਨੁਸਾਰ ਮੈਨੂੰ ਵੀ ਅੰਮ੍ਰਿਤ ਛਕਣਾ ਪਵੇਗਾ ਇਸ ਤਰ੍ਹਾਂ ਮਾਰੇ ਨੇ ਗੋਬਿੰਦ ਰਾਏ ਤੋਂ ਗੁਰੂ ਗੋਬਿੰਦ ਸਿੰਘ ਸਜੇ ਹਨ ਸਮੇਤ ਪਰਿਵਾਰ ਦੇ ਸਹਬਜਾਦਿਆਂ ਦੇ ਮਾਤਾ ਜੀ ਦੇ ਮਹਿਲਾਂ ਦੇ ਹੋਰ ਸਿੱਖਾਂ ਸੇਵਕਾਂ ਦੇ ਨਾਲ ਮਹਾਰਾਜ ਨੇ ਅੰਮ੍ਰਿਤ ਪਾਣ ਕੀਤਾ ਹੈ ਪਹਿਲੇ ਦਿਨ ਬਹਜਾਰਾਂ ਗਿਣਤੀ ਵਿੱਚ ਸੰਗਤਾਂ ਨੇ ਅੰਮ੍ਰਿਤ ਪਾਣ ਕੀਤਾ ਤੇ ਸਾਧ ਸੰਗਤ ਉਹ ਵਿਸਾਖੀ ਵਾਲਾ ਦਿਨ ਸੀ ਅੱਜ ਵਾਲਾ ਦਿਨ ਸੀ ਅੱਜ ਦਾ ਵਿਸਾਖੀ ਵਾਲਾ ਦਿਨ ਹੀ ਸੀ ਸਾਧ ਸੰਗਤ ਜਿਸ ਦਿਨ ਬੀਬੀ ਰਜਨੀ ਦਾ ਕੋੜੀ ਪਤੀ ਦੋਹ ਭੰਜਨੀ ਮੇਰੀ ਥੱਲੇ ਇਸ਼ਨਾਨ ਕਰਕੇ ਰਾਜੀ ਹੋਇਆ ਸੀ ਸ੍ਰੀ ਅੰਮ੍ਰਿਤਸਰ ਸ੍ਰੀ ਰਵਿੰਦਰ ਸਾਹਿਬ ਵਿਖੇ ਲੱਖਾਂ ਦੀ ਤਦਾਦ ਵਿੱਚ ਅੱਜ ਵੀ ਸੰਗਤਾਂ ਨਤਮਸਤਕ ਹੁੰਦੀਆਂ ਹਨ ਅੱਜ ਦਾ ਹੀ ਵਿਸਾਖੀ ਵਾਲਾ ਦਿਹਾੜਾ ਸੀ ਜਿਸ ਦਿਨ 1557 ਈਸਵੀ ਨੂੰ ਤਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਗੋਇੰਦਵਾਲ ਸਾਹਿਬ ਵਿਖੇ ਬੌਲੀ ਸਾਹਿਬ ਤਿਆਰ ਕਰਕੇ ਜਦੋਂ ਇਸ ਦੀ ਚੱਠ ਕੀਤੀ ਸੀ ਤੇ ਭਾਈ ਪਾਰੋ ਪਰਮਹੰਸ ਦੇ ਕਹਿਣ ਤੇ ਮਹਾਰਾਜ ਨੇ ਇਹ ਵਿਸਾਖੀ ਦਾ ਭਾਰੀ ਜੋੜ ਮੇਲਾ ਜਿਹੜਾ ਉੱਥੇ ਹੈ ਇਹ ਮਨਾਉਣਾ ਆਰੰਭ ਕੀਤਾ ਸੀ ਉਹ ਵਿਸਾਖੀ ਵਾਲੇ ਦਿਨ ਹੀ ਆਰੰਭ ਹੋਇਆ ਸੀ ਨਾਲ ਹੀ ਅਜ ਵਿਸਾਖ ਦਾ ਮਹੀਨਾ ਵੀ ਆਰੰਭ ਹੋਇਆ ਹੈ ਚੇਤ ਮਹੀਨੇ ਦੀ ਸਮਾਪਤੀ ਹੋਈ ਹੈ ਤੇ ਵਿਸਾਖ ਮਹੀਨਾ ਆਰੰਭ ਹੋਇਆ ਹੈ ਸ਼ਬਦ ਆਪ ਜੀ ਨੇ ਸਰਵਣ ਕੀਤਾ ਹੈ ਆਓ ਸ਼ਬਦ ਦੀ ਵਿਚਾਰਵਲ ਵਧਈਏ ਮਾਰਾ ਕਿਰਪਾ ਕਰਨਾ ਵਿਸਾਖ ਦੇ ਮਹੀਨੇ ਦੇ ਵਿੱਚ ਸਾਨੂੰ ਕੀ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਹਨ ਆਓ ਸਰਵਣ ਕਰੀਏ ਜੀ ਵੈਸਾਖ ਧੀਰਨ ਕਿਉ ਵਾਢਿਆ ਜਿੰਨਾ ਪ੍ਰੇਮ ਵਿਛੋੜ ਵੈਸਾਖ ਵੈਸਾਖ ਦਾ ਮਹੀਨਾ ਹੈ ਧੀਰਨ ਕਹੀਏ ਧੀਰਜ ਸਾਡੀ ਜੀਵਾਤਮਾ ਨੂੰ ਸਮਝਾਉਣ ਵਾਸਤੇ ਮਾਰ ਰਹੇ ਨੇ ਦੁਨਿਆਵੀ ਰਿਸ਼ਤਿਆਂ ਦੇ ਵਿੱਚੋਂ ਪਤੀ ਪਤਨੀ ਦੇ ਰਿਸ਼ਤੇ ਦੀ ਵਿਛੋੜੇ ਦੀ ਇੱਕ ਉਦਾਹਰਣ ਦਿੱਤੀ ਹੈ ਮਾਰਾ ਕਹਿੰਦੇ ਜਿਵੇਂ ਇੱਕ ਜੀਵ ਇਸਤਰੀ ਉਦਾ ਪਤੀ ਦੂਰ ਹੋਵੇ ਪ੍ਰਦੇਸ਼ ਦੇ ਵਿੱਚ ਉਹਦੇ ਤੋਂ ਦੂਰ ਹੋਵੇ ਘਰ ਦੇ ਵਿੱਚ ਲੱਖਾਂ ਸਹੂਲਤਾਂ ਹੋਣ ਹੋਰ ਰਿਸ਼ਤੇਦਾਰੀਆਂ ਹੋਣ ਮੇਰ ਮਲਾਪ ਹੋਣ ਖਾਣ ਪੀਣ ਦੇ ਕੋਈ ਕਮੀ ਨਾ ਹੋਵੇ ਢਾਉਣ ਦੀ ਕੋਈ ਕਮੀ ਨਾ ਹੋਵੇ ਪਰ ਜਦੋਂ ਉਹਦਾ ਪਤੀ ਉਹਦੇ ਕੋਲ ਨਾ ਨਾ ਹੋਵੇ ਕੋਈ ਵੀ ਪਦਾਰਥ ਕੋਈ ਵੀ ਰਿਸ਼ਤੇ ਉਹਨੂੰ ਸੁਖਦਾਇਕ ਪ੍ਰਤੀਕ ਨਹੀਂ ਹੁੰਦੇ ਹਨ ਉਹਦੇ ਅੰਦਰ ਧੀਰਜ ਨਹੀਂ ਵੱਜਦਾ ਹੈ ਉਦੇ ਅੰਦਰ ਪਿਆਰ ਦਾ ਇੱਕ ਮੋਹ ਦਾ ਜਿਹਾ ਵਿਛੋੜਾ ਹੈ ਪਤੀ ਦੇ ਪਿਆਰ ਦਾ ਉਹਨੂੰ ਬਹੁਤ ਜ਼ਿਆਦਾ ਦਰਦ ਦਿੰਦਾ ਹੈ ਤੰਗ ਕਰਦਾ ਹੈ ਇਸੇ ਤਰ੍ਹਾਂ ਮਾਰਦ ਕਹਿਣ ਦਾ ਭਾਵ ਸਮਝਾਉਣ ਦਾ ਤਰੀਕਾ ਇਹ ਹੈ ਕਿ ਸਾਡੀ ਜਿਹੜੀ ਜੀਵ ਆਤਮਾ ਹੈ ਇਹ ਜੀਵ ਇਸਤਰੀ ਦੀ ਨਹੀਂ ਪਤੀ ਹੈ ਪਰਮੇਸ਼ਰ ਅਸੀਂ ਉਹ ਤੋਂ ਵਿਛੜੇ ਹੋਏ ਹਾਂ ਵਿਛੜੀ ਹੋਈ ਇੱਕ ਜੀਵ ਆਤਮਾ ਜਿਹੜੀ ਉਹਦੇ ਪਿਆਰ ਦੇ ਵਿੱਚ ਹੈ ਉਹਦੇ ਰੰਗ ਦੇ ਵਿੱਚ ਹੈ ਉਹਦੀ ਜਾਦ ਦੇ ਵਿੱਚ ਹੈ ਮਾਰੇ ਕਹਿੰਦੇ ਵੈ ਸਾਖ ਧੀਰਣ ਕਿਉ ਵਢਿਆ ਉਸ ਵਿਛੜੀ ਹੋਈ ਜੀਵ ਇਸਤਰੀ ਨੂੰ ਧੀਰਜ ਕਿਵੇਂ ਮਿਲੇ ਉਹਨੂੰ ਧੀਰਜ ਨਹੀਂ ਮਿਲਦਾ ਹੈ ਕਿਉਂਕਿ ਉਹਦੇ ਅੰਦਰ ਪ੍ਰੇਮ ਦਾ ਵਿਛੋੜ ਹੈ ਪ੍ਰੇਮ ਦਾ ਵਿਛੋੜਾ ਹੈ ਜਿਸ ਕਰਕੇ ਵਿਛੋੜੇ ਦੇ ਕਰਕੇ ਉਹਨੂੰ ਧੀਰਜ ਨਹੀਂ ਮਿਲਦਾ ਉਹ ਹਮੇਸ਼ਾ ਹੀ ਵਿਲਕਦੀ ਰਹਿੰਦੀ ਹੈ ਉਸ ਪਿਆਰੀ ਦੀ ਯਾਦ ਦੇ ਵਿੱਚ ਗੱਲ ਕੀਤੀ ਮਾਰੇ ਨੇ ਵਿਛੋੜੇ ਦੀ ਤਨਗੁਰ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੇ ਬਚਨ ਹਨ ਬਾਰੇ ਕਹਿੰਦੇ ਦੁਨੀਆ ਦੇ ਉੱਤੇ ਬੜੇ ਦੁੱਖ ਨੇ ਕਿਸੇ ਨੂੰ ਸਰੀਰ ਦਾ ਦੁੱਖ ਹੈ ਕਿਸੇ ਨੂੰ ਮਨ ਦਾ ਦੁੱਖ ਹੈ ਕਿਸੇ ਨੂੰ ਪੈਸਿਆਂ ਦਾ ਦੁੱਖ ਹੈ ਧਨ ਕਰਕੇ ਦੁਖੀ ਹੈ ਕੋਈ ਔਲਾਦ ਕਰਕੇ ਦੁਖੀ ਹੈ ਕੋਈ ਰਿਸ਼ਤੇਦਾਰੀਆਂ ਕਰਕੇ ਦੁਖੀ ਹੈ ਕੋਈ ਸਮਾਜਿਕ ਜੀਵਨ ਤੋਂ ਦੁਖੀ ਹੈ ਦੁੱਖ ਬਹੁਤ ਜ਼ਿਆਦਾ ਹਨ ਬਾਬਾ ਫਰੀਦ ਸਾਹਿਬ ਜੀ ਨੇ ਵੀ ਆਖਿਆ ਪਰੀਦਾ ਮੈਂ ਜਾਣਿਆ ਦੁਖਮੁਜਕੂ ਦੁਖ ਸਬਾਇਆ ਜਗ ਉੱਚਾ ਚੜ ਕੇ ਦੇਖਿਆ ਤਾਂ ਘਰ ਘਰ ਇਹ ਹੱਗ ਇਹ ਸਾਰੀ ਦੁਨੀਆ ਹੀ ਦੁਖਾਂ ਨਾਲ ਘਰੀ ਪਈ ਹੈ ਮਰ ਕਹਿਣ ਲੱਗੇ ਦੁਖ ਭਾਵੇਂ ਹਜ਼ਾਰਾਂ ਲੱਖਾਂ ਹੋਣ ਪਰ ਸਾਰਿਆਂ ਨਾਲੋਂ ਵੱਡਾ ਦੁਖ ਜੇ ਕੋਈ ਹੈ ਤੇ ਉਹ ਵਿਛੋੜੇ ਦਾ ਦੁਖ ਹੈ ਉਹ ਪ੍ਰਭੂ ਨਾਲੋਂ ਵਿਛੜੇ ਹੋਏ ਦਾ ਦੁਖ ਹੈ ਪ੍ਰਭੂ ਨਾਲੋਂ ਭੁੱਲੇ ਹੋਏ ਦਾ ਦੁਖ ਹੈ ਜਦੋਂ ਮਾਰਾ ਨੇ ਦੁੱਖਾਂ ਦੀ ਗਿਣਤੀ ਕੀਤੀ ਤੇ ਵਿਛੋੜੇ ਦੇ ਦੁੱਖ ਨੂੰ ਮਾਰਾ ਨੇ ਸਭ ਤੋਂ ਪਹਿਲਾਂ ਰੱਖਿਆ ਮਾਰੇ ਬਚਨ ਕਹਿਣ ਲੱਗੇ ਦੁੱਖ ਵੇਛੋੜਾ ਇੱਕ ਦੁੱਖ ਭੂਖ ਇੱਕ ਦੁੱਖ ਸਖਤ ਵਾਰ ਜਮਦੂਤ ਇੱਕ ਦੁੱਖ ਹੈ ਰੋਗ ਲੱਗੈ ਤਨ ਧਾਏ ਵੈਦ ਨਾ ਭੋਲੇ دارو ਲਾਏ ਮਾਰੇ ਕਹਿਣ ਲੱਗੇ ਦੁੱਖ ਜਿਹੜਾ ਵਿਛੋੜੇ ਦਾ ਹੈ ਸਭ ਤੋਂ ਵੱਡਾ ਦੁੱਖ ਹੈ ਕੋਈ ਭੁੱਖ ਕਰਕੇ ਦੁਖੀ ਹੈ ਕੋਈ ਜਮਾ ਕਰਕੇ ਦੁਖੀ ਹੈ ਕੋਈ ਰੋਗ ਕਰਕੇ ਦੁਖੀ ਹੈ ਪਰ ਪ੍ਰਭੂ ਤੋਂ ਵਿਛੜ ਜਾਣਾ ਇਹ ਸਭ ਤੋਂ ਵੱਡਾ ਰੋਗ ਮੰਨਿਆ ਹੈ ਮਾਰ ਨੇ ਦੁੱਖ ਮੰਨਿਆ ਹੈ ਇਹ ਬੜਾ ਦੁੱਖदाई ਹੈ ਕਰਾਂ ਦੇ ਘਰ ਕਈਆਂ ਦੇ ਭਰੇ ਭਏ ਨੇ ਪੈਸੇ ਨਾਲ ਬੜਾ ਵੱਡਾ ਪਰਿਵਾਰ ਹੈ ਬੜੇ ਪਦਾਰਥ ਨੇ ਪਰ ਫਿਰ ਵੀ ਬੇਚੈਨ ਰਹਿੰਦੇ ਨੇ ਦੁਖੀ ਰਹਿੰਦੇ ਨੇ ਪਤਾ ਉਹਨਾਂ ਨੂੰ ਵੀ ਨਹੀਂ ਹੈ ਕਿ ਅਸੀਂ ਦੁਖੀ ਕਿਉਂ ਹਾਂ ਇਸੇ ਨੂੰ ਹੀ ਮਾਰ ਨੇ ਆਖਿਆ ਹੈ ਅੰਦਰ ਦੀ ਪੀੜਾ ਇਹ ਉਹੀ ਹੈ ਜਿਹੜੀ ਪ੍ਰਭੂ ਤੋਂ ਵਿਛੜਿਆ ਹੋਿਆਂ ਦੀ ਹੈ ਪ੍ਰਭੂ ਤੋਂ ਵਿਛੜੇ ਤਾਂ ਅਸੀਂ ਸਾਰੇ ਹਾਂ ਸਾਧ ਸੰਗਤ ਵਿਛੜ ਜਾਣਾ ਤੇ ਵਿਸਾਰ ਦੇਣਾ ਇਹਨਾਂ ਦੋਵਾਂ ਵਿੱਚ ਫਰਕ ਹੈ ਵਿਛੜੇ ਤਾਂ ਅਸੀਂ ਸਾਰੇ ਹੀ ਹਾਂ ਪਰ ਕਦੇ ਪ੍ਰਭੂ ਨੂੰ ਵਿਸਾਰੋ ਨਾ ਵਿਛੜਿਆ ਹੋਇਆ ਮਨ ਦੇ ਵਿੱਚ ਆਸ ਰੱਖੇ ਵੀ ਮੈਂ ਮਿਲਣਾ ਹੈ ਵਾਹਿਗੁਰੂ ਨੂੰ ਇੱਕ ਦਿਨ ਮਿਲੇਗਾ ਜ਼ਰੂਰ ਇੱਕ ਆਸ ਰੱਖਣੀ ਹੈ ਮਨ ਦੇ ਵਿੱਚ ਉਸ ਪਿਆਰੇ ਨੂੰ ਯਾਦ ਕਰਨਾ ਹੈ ਤੇ ਬੇਨਤੀ ਕਰਨੀ ਹੈ ਮਹਾਰਾਜ ਵਿਛੜੇ ਨੂੰ ਮਲਾ ਲਵੋ ਬਹੁਤ ਜਨਮ ਵਿਛਰੇ ਥੇ ਮਾਦਾਓ ਇਹੋ ਜਨਮ ਤੁਮਾਰੇ ਲਿਖੇ ਵਿਛੜਿਆ ਤਾਂ ਸਭ ਕੁਝ ਹੀ ਹੈ ਮਿਲਿਆ ਤਾਂ ਪ੍ਰਭੂ ਦਾ ਪਿਆਰਾ ਹੀ ਹੈ ਨਾ ਮਹਾਰਾਜ ਦੇ ਨਾਲ ਅੱਜ ਤਮਾਮ ਦੁਨੀਆ ਦੇ ਵਿੱਚ ਬਹੁਤ ਆਦ ਗਿਣਤੀ ਉਹਨਾਂ ਦੀ ਹੈ ਜਿਹੜੇ ਵਿਛੜੇ ਵੀ ਹਨ ਤੇ ਵਿਸਾਰ ਵੀ ਦਿੱਤਾ ਹੈ ਪ੍ਰਭੂ ਨੂੰ ਪ੍ਰਭੂ ਦੀ ਯਾਦ ਦੁੱਖਦਾਈ ਨਹੀਂ ਸੁਖਦਾਈ ਹੈ ਜਦੋਂ ਦੀ ਪ੍ਰੇਮ ਦੀ ਪੀੜਾ ਜਾਗਦੀ ਹੰਦਰ ਬੜਾ ਕੁਝ ਦੇ ਕੇ ਚਲਾ ਜਾਂਦੀ ਹੈ ਬੜੇ ਬੜੇ ਆਨੰਦ ਦੇ ਕੇ ਜਾਂਦੀ ਹੈ ਪਰ ਪ੍ਰਭੂ ਨੂੰ ਵਿਸਾਰ ਦੇਣਾ ਇਹ ਕਦਾ ਚਿੱਤ ਵੀ ਸੁਖਦਾਈ ਨਹੀਂ ਹੈ ਸਾਹ ਸੰਗਤ ਇਹ ਹਮੇਸ਼ਾ ਹੀ ਦੁਖਦਾਇਕ ਹੈ ਇਸ ਕਰਕੇ ਮਾਰੇ ਕਹਿੰਦੇ ਨੇ ਵੈ ਸਾਖ ਧੀਰਨ ਕਿਉ ਵਾਢਿਆ ਉਹ ਕਿਵੇਂ ਧੀਰਜ ਪਾਉਣ ਉਹ ਜੀਵ ਇਸਤਰੀਆਂ ਕਿਵੇਂ ਧੀਰਜ ਕਰਨ ਜਿਨ੍ਹਾਂ ਦੇ ਮਨ ਦੇ ਵਿੱਚ ਪ੍ਰਭੂ ਦਾ ਵਿਛੋੜਾ ਹੈ ਇਸ ਕਰਕੇ ਉਹ ਹਮੇਸ਼ਾ ਹੀ ਉਹਨੂੰ ਯਾਦ ਕਰਦੇ ਰਹਿੰਦੇ ਨੇ ਪ੍ਰਭੂ ਪਿਆਰੇ ਨੂੰ ਹਮੇਸ਼ਾ ਹੀ ਤਾਂਘ ਲੱਗੀ ਰਹਿੰਦੀ ਹੈ ਮਿਲਣ ਦੀ ਉਹਨੂੰ ਦੇਖਣ ਦੀ ਉਹਦੇ ਬਚਨ ਸਰਵਣ ਕਰਨ ਦੀ ਅੱਗੇ ਬਚਨ ਕਰਦੇ ਹਨ ਮਹਾਰਾਜ ਹਰੇ ਸਾਜਨ ਪੁਰਖ ਵਿਸਾਰਕੈ ਲੱਗੀ ਮਾਇਆ ਤੋਹ ਮਾਰੇ ਕਹਿੰਦੇ ਪ੍ਰਭੂ ਦਾ ਪਿਆਰਾ ਪ੍ਰਭੂ ਨਾਲ ਵਿਛੜਿਆ ਹੋਵੇ ਤਾਂ ਉਹ ਪਲ-ਪਲ ਯਾਦ ਕਰਦਾ ਹੈ ਯਾਦ ਦੇ ਵਿੱਚ ਵੀ ਉਹਦੀ ਭਗਤੀ ਹੈ ਸਿਮਰਨ ਹੈ ਯਾਦ ਦੇ ਵਿੱਚ ਵੀ ਆਨੰਦ ਹੈ ਯਾਦ ਦੇ ਵਿੱਚ ਵੀ ਦੂਰ ਹੁੰਦਿਆਂ ਵੀ ਪ੍ਰਭੂ ਨੇੜੇ ਜਾਪਦਾ ਹੈ ਪਰ ਇੱਕ ਉਹ ਲੋਕ ਨੇ ਹਰ ਸਾਜਨ ਪੁਰਖ ਵਿਸਾਰ ਕੇ ਉਸ ਅਕਾਲ ਪੁਰਖ ਵੈਗਰੂ ਸੱਚੇ ਸੱਜਣ ਨੂੰ ਵਿਸਾਰ ਕੇ ਜਿਹੜਾ ਸੱਚਾ ਸੱਜਣ ਹੈ ਜਿਹਨੂੰ ਗੁਰਬਾਣੀ ਦੇ ਵਿੱਚ ਮਹਾਰਾਜ ਨੇ ਆਖਿਆ ਹੈ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦਾ ਸਾਹ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇ ਸਾਹ ਉਹ ਸੱਚਾ ਸੱਜਣ ਬੁਲਾ ਕੇ ਮਾਰੇ ਕਹਿੰਦੇ ਦੁਨਿਆਵੀ ਲੋਕ ਗਲਤੀ ਇਹ ਕਰਦੇ ਹਨ ਲੱਗੀ ਮਾਇਆ ਤੋਹ ਜੇ ਪ੍ਰਭੂ ਤੋਂ ਵਿਛੜੇ ਹੋ ਤਾਂ ਉਹਦੇ ਅਗੇ ਬੇਨਤੀ ਕਰੋ ਉਹਦੀ ਭਗਤੀ ਕਰੋ ਮਿਲ ਜਾਓਗੇ ਪ੍ਰਭੂ ਦਾ ਮਿਲਣਾ ਹੀ ਸਾਰੀਆਂ ਸਮੱਸਿਆਵਾਂ ਦਾ ਹੱਲ ਹੈ ਪਰ ਲੋਕੀ ਕੀ ਕਰਦੇ ਨੇ ਮਾਇਆ ਤੋਹ ਮਾਇਆ ਜਿਹੜੀ ਹੈ ਪ੍ਰਭੂ ਤੋਂ ਵਿਛੜਨ ਵਾਲੀ ਜਿਹੜੀ ਹੈ ਪਦਾਰਸ਼ ਨੇ ਵਿਸ਼ਵਕਾਰ ਨੇ ਹੋ ਦੁਨੀਆਂ ਦੇ ਰੰਗ ਤਮਾਸ਼ੇ ਨੇ ਮਾਰੇ ਕਹਿੰਦੇ ਇਹਨਾਂ ਦੇ ਵਿੱਚ ਪਰਚਾ ਹੋਇਆ ਹੈ ਇਹਨੂੰ ਠੱਗ ਰਹੀ ਹੈ ਹਮੇਸ਼ਾ ਹੀ ਕਿਉਂਕਿ ਪ੍ਰਭੂ ਨੂੰ ਵਿਸਾਰ ਦਿੱਤਾ ਹੈ ਨੇ ਪ੍ਰਭੂ ਦਾ ਨਾਮ ਹੀ ਇਹਨੂੰ ਬਚਾ ਸਕਦਾ ਹੈ ਪ੍ਰਭੂ ਦੀ ਬਾਣੀ ਹੀ ਇਹਨੂੰ ਬਚਾ ਸਕਦੀ ਹੈ ਇੱਕ ਤਾਂ ਵਿਛੜ ਜਾਣਾ ਤੇ ਦੂਜਾ ਬਾਣੀ ਨੂੰ ਵੀ ਬੁਲਾ ਦੇਣਾ ਫਿਰ ਤਾਂ ਸਮਝੋ ਡੱਬਿਆ ਹੀ ਡੱਬਿਆ ਹੈ ਇਨਸਾਨ ਕੋਈ 1% ਵੀ ਚਾਂਸ ਨਹੀਂ ਵੀ ਇਹ ਪਾਰ ਉਤਰ ਜਾਵੇ ਇਸ ਕਰਕੇ ਮਹਾਰਾ ਜੀ ਨੇ ਸਮਝਾਉਣਾ ਕੀਤਾ ਹੈ ਕਿ ਭਾਈ ਪ੍ਰਭੂ ਤੋਂ ਵਿਛੜੇ ਹੋਏ ਵੱਡੀ ਗਲਤੀ ਇਹ ਕਰਦੇ ਨੇ ਕਿ ਮਾਇਆ ਜਿਹੜੀ ਹੈ ਦਾ ਨਾ ਪਿਆਰ ਪਾ ਲੈਂਦੇ ਹਨ ਤੇ ਮਾਇਆ ਇਹਨਾਂ ਨਾਲ ਪਿਆਰ ਪਾ ਲੈਂਦੀ ਹੈ ਤੇ ਪ੍ਰਭੂ ਨਾਲੋਂ ਬਲਾ ਦਿੰਦੀ ਹੈ ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ ਇਹ ਕੰਮ ਕਰਦੀ ਹੈ ਅੱਗੇ ਮਹਾਰਾ ਕਿਰਪਾ ਕਰਦੇ ਹਨ ਸਾਡੀਆਂ ਹੋਰ ਅੱਖਾਂ ਖੋਲਦੇ ਹਨ ਪੁੱਤਰ ਕਲਤਰ ਨਾ ਸੰਗ ਧਨ ਹਰ ਅਵਿਨਾਸੀ ਓਹ ਮਾਰਾ ਕਹਿਣ ਲੱਗੇ ਸਭ ਨੂੰ ਪਿਆਰਾ ਪੁੱਤਰ ਕਲਤਰ ਹੁੰਦੀ ਇਸਤਰੀ ਸੰਗ ਧਨ ਮਾਇਆ ਪਦਾਰਥ ਇਸਤਰੀ ਧਨ ਘਰ-ਬਾਰ ਰਿਸ਼ਤੇਦਾਰ ਸਾਰਾ ਕੁਝ ਵਿੱਚ ਆ ਜਾਂਦਾ ਹੈ ਮਾਰਾ ਕਹਿੰਦੇ ਕਦੇ ਵੀ ਸਾਥ ਅਜ ਤੱਕ ਨਿਭਿਆ ਦੇਖਿਆ ਤੇ ਨਹੀਂ ਕਿਸੇ ਨਾਲ ਤੇ ਨਾ ਹੀ ਨਿਭਣਾ ਹੈ ਗੇ ਨਿਬਣਾ ਹੈ ਹਰ ਅਵਿਨਾਸੀ ਉਹ ਅਵਿਨਾਸੀ ਕਈਏ ਨਾਸ ਤੋਂ ਰਹਿਤ ਉਹ ਪ੍ਰਮਾਤਮਾ ਪ੍ਰਭੂ ਹੀ ਸਾਥ ਨਿਬਣਾਲਾ ਹੈ ਇਸ ਕਰਕੇ ਭਾਈ ਜਾਗ ਥੋੜਾ ਜਾ ਥੋੜਾ ਜਾ ਸਮਝ ਰੱਖੇ ਕਿ ਅੱਜ ਤੱਕ ਦੁਨੀਆ ਦੇ ਨਾਲ ਇਹ ਚੀਜ਼ਾਂ ਗਈਆਂ ਨਹੀਂ ਤੇਰੇ ਨਾਲ ਵੀ ਨਹੀਂ ਜਾਣੀਆਂ ਜੇ ਨਾਲ ਜਾਣਾ ਹੈ ਤੇ ਉਹ ਹੈ ਸਤਨਾਮ ਸ੍ਰੀ ਵਾਹਿਗੁਰੂ ਅੱਗੇ ਕਿਰਪਾ ਕਰਦੇ ਹਨ ਮਹਾਰਾਜ ਵੀ ਇਹ ਦੁਨੀਆ ਦਾ ਹਾਲ ਇਸ ਤਰ੍ਹਾਂ ਦਾ ਹੈ ਪੀ ਪਤਰ ਦੇ ਇਸਤਰੀ ਦੇ ਮਾਇਆ ਦੇ ਸੰਸਾਰ ਦੇ ਪਿਆਰ ਦੇ ਵਿੱਚ ਪੈ ਕੇ ਮੋਹ ਦੇ ਵਿੱਚ ਪੈ ਕੇ ਮਹਾਰਾਜ ਦੱਸਦੇ ਨੇ ਇਹਨਾਂ ਦਾ ਕੀ ਹਾਲ ਹੋ ਰਿਹਾ ਹੈ ਪਲਚ ਪਲਚ ਸਗਲੀ ਮਈ ਝੂਠਾ ਧੰਦਾ ਮੋਹ ਪਲਚ ਪਲਚ ਦਾ ਮਤਲਬ ਹੈ ਵੀ ਉਲਝ ਉਲਝ ਕੇ ਦੁਬਾਰਾ ਫਾਸ ਫਸ ਕੇ ਮਰ ਰਹੀ ਹੈ ਸੰਸਾਰ ਦੀ ਜਿਹੜੀ ਸ੍ਰਿਸ਼ਟੀ ਹੈ ਇਹ ਸਾਰੇ ਲੋਕ ਬਾਰ ਬਾਰ ਜਮ ਜਮ ਮਰੈ ਮਰੈ ਫਿਰ ਜਮੈ ਦੁਬਾਰਾ ਜਮਦੇ ਹਨ ਮਰਦੇ ਹਨ ਫਿਰ ਜਮਦੇ ਹਨ ਮਾਰੇ ਕਹਿੰਦੇ ਇਸੇ ਤਰ੍ਹਾਂ ਹੀ ਝੂਠਾ ਧੰਦਾ ਮੋਹ ਜਿਹੜਾ ਝੂਠਾ ਧੰਦਾ ਹੈ ਮਾਇਆ ਦਾ ਇਹਦੇ ਮੋਹ ਦੇ ਵਿੱਚ ਫਸ ਕੇ ਦੁਨੀਆ ਜਮ ਮਰ ਰਹੀ ਹੈ ਬਾਰ ਬਾਰ ਮਾਰੇ ਵੱਡਾ ਕਾਰਨ ਫਿਰ ਕੀ ਹੋਇਆ ਇਹ ਸੰਸਾਰ ਦੇ ਪਦਾਰਥਾਂ ਨਾਲ ਮੋਹ ਪੈਣਾ ਕਿ ਜਾਂ ਕੋਈ ਹੋਰ ਵੱਡਾ ਕਾਰਨ ਹੈ ਬਾਰੇ ਕਹਿੰਨ ਲੱਗੇ ਵੀ ਕੋਈ ਵੱਡਾ ਸੁਖਦਾਈ ਨਹੀਂ ਹੈ ਵੀ ਦੁੱਖਦਾਈ ਹੈ ਕਿ ਪਦਾਰਥਾਂ ਨਾਲ ਪਿਆਰ ਪਾ ਲੈਣਾ ਇਹ ਬੇਸਮਝੀ ਤਾਂ ਹੈ ਹੀ ਪਰ ਸਭ ਤੋਂ ਵੱਡਾ ਜਿਹੜਾ ਗੁਨਾਹ ਤੇ ਗਲਤੀ ਇਹ ਕਰਦੇ ਹਨ ਇਕਸ ਹਰ ਕੇ ਨਾਮ ਬਿਨ ਅੱਗੇ ਲਈਹ ਖੋਹਿ ਇਸੇ ਤਰ੍ਹਾਂ ਮਾਰੇ ਕਹਿੰਦੇ ਇਹ ਜਨਾਂ ਕੁਝ ਵੀ ਝੂਠੇ ਦੰਦਿਆਂ ਵਿੱਚ ਲੱਗ ਕੇ ਇਕੱਠਾ ਕੀਤਾ ਹੈ ਇਹ ਕਿਸੇ ਕੋਲੋਂ ਖੋਇਆ ਹੈ ਜਾਂ ਠਗੀਆਂ ਮਾਰੀਆਂ ਹਨ ਜਾਂ ਵਲਸ਼ਲ ਕਰਕੇ ਕਿਸੇ ਨੂੰ ਠੱਗਿਆ ਹੈ ਬੇਈਮਾਨੀ ਕੀਤੀ ਹੈ ਝੂਠ ਬੋਲ ਕੇ ਪੈਸਾ ਇਕੱਠਾ ਕੀਤਾ ਹੈ ਜਿ ਮਾਰੇ ਕਹਿੰਦੇ ਇੱਕ ਸਹਰ ਕੇ ਨਾਮ ਬਿਨ ਅੱਗੇ ਲਈ ਹੈ ਖੋਹੇ ਜਦੋਂ ਇਹ ਜੀਵਾਤਮਾ ਸਰੀਰ ਛੱਡ ਕੇ ਅੱਗੇ ਜਾਵੇਗੀ ਤਾਂ ਸਭ ਕੁਝ ਜਿਤਕ ਖੋਲਿਆ ਜਾਵੇਗਾ ਚਾਹੇ ਉਹ ਧੋਖੇ ਨਾਲ ਪੈਸਾ ਕਮਾਇਆ ਹੋਇਆ ਦਾਨਪੁਣ ਕੀਤਾ ਹੋਵੇ ਹੁਣ ਬਹੁਤੇ ਲੋਕੀ ਕੀ ਕਰਦੇ ਹਨ ਧੋਖਾ ਕਰਕੇ ਠਗੀਆਂ ਮਾਰ ਕੇ ਬੇਈਮਾਨੀਆਂ ਕਰਕੇ ਪੈਸਾ ਇਕੱਠਾ ਕਰ ਲਓ ਸੰਸਾਰ ਦਾ ਲੋਕਾਂ ਦਾ ਖੂਨ ਚੂਸ ਚੂਸ ਕੇ ਬੈਂਕ ਬੈਲੈਂਸ ਭਰ ਲਓ ਫਿਰ ਉਹਨਾਂ ਪੈਸਿਆਂ ਦੇ ਨਾਲ ਹੀ ਲੰਗਰ ਲਾ ਲਓ ਦਾਨਪੁਨ ਕਰ ਲਓ ਸਮਾਜ ਸੇਵੀ ਦੇ ਕੰਮ ਕਰ ਲਈਏ ਗੁਰਦੁਆਰੇ ਚੜਾ ਦਈਏ ਪੈਸੇ ਇਹਨੇ ਮਹਾਰਾ ਕਹਿੰਦੇ ਦਾਨਪੁਨ ਜਿਹੜੇ ਹਨ ਇਹ ਲੋਕਾਂ ਨੂੰ ਧੋਖਾ ਦੇ ਸਕਦੇ ਨੇ ਪਰ ਉਸ ਪ੍ਰਭੂ ਨੂੰ ਧੋਖਾ ਨਹੀਂ ਦੇ ਸਕਦੇ ਫਿਰ ਜਮ ਜਿਹੜੇ ਨੇ ਅੱਗੇ ਰਸਤੇ ਵਿੱਚ ਹੀ ਖੋਲ ਲੈਂਦੇ ਦਾਨਪੁਨ ਸਾਰੇ ਹੀ ਇਹ ਨਾਲ ਨਿਭਦਾ ਹੈ ਤਾਂ ਇੱਕ ਸਹਰ ਕੇ ਨਾਮ ਬਿਨ ਪ੍ਰਭੂ ਦੇ ਨਾਮ ਤੋਂ ਬਿਨਾ ਕੁਝ ਵੀ ਨਾਲ ਨਿਭਦਾ ਨਹੀਂ ਹੈ ਅੱਗੇ ਕਿਰਪਾ ਕਰਕੇ ਮਾਰੇ ਸਮਝਾਉਂਦੇ ਹਨ ਦਇਓ ਵਿਸਾਰ ਵਿਗੁਚਣਾ ਪ੍ਰਭ ਬਿਨ ਅਵਰ ਨਾ ਕੋਈ ਦਇਓ ਵਿਸਾਰ ਵਿਗੁਚਣਾ ਦਇਓ ਕਹੀਏ ਪ੍ਰੇਰਕ ਪ੍ਰਮਾਤਮਾ ਜਿਹੜਾ ਪ੍ਰੇਰਣਾ ਕਰਦਾ ਹੈ ਮਤ ਬੁੱਧ ਦਾ ਰਾਖਾ ਤੇ ਪ੍ਰੇਰਕ ਮਤ ਬੁੱਧ ਦਾ ਦਾਤਾ ਉਹ ਵਾਹਿਗੁਰੂ ਹੀ ਹੈ ਦੱਦਾ ਯਈਏ ਦੇ ਥੱਲੇ ਔਂਕੜ ਹੈ ਇਹਨੂੰ ਦੱਜੋ ਜਾਂ ਦੱਜ ਨਹੀਂ ਬੜਨਾ ਹੈ ਦੱਦਾ ਈੜੀ ਬਿਹਾਰੀ ਊੜਾ ਖੁੱਲੇ ਮੂੰਹ ਵਾਲਾ ਪੜਨਾ ਹੈ ਦਈਓ ਵਿਸਾਰ ਵੀ ਗੁੱਚਣਾ ਪ੍ਰਭੂ ਨੂੰ ਭੁਲਾ ਕੇ ਖੁਆਰ ਹੋਣ ਵਾਲੀ ਗੱਲ ਹੀ ਹੈ ਮਾਰੇ ਕਹਿੰਦੇ ਜੇ ਕੋਈ ਸੁਖ ਦਾ ਦਾਤਾ ਹੈ ਤਾਂ ਵਾਹਿਗੁਰੂ ਹੀ ਹੈ ਔਰ ਤੋਂ ਬਿਨਾ ਪ੍ਰਭ ਬਿਨ ਅਵਰਨਾ ਕੋਏ ਹੋਰ ਦੂਜਾ ਕੋਈ ਨਹੀਂ ਹੈ ਫਿਰ ਅੱਗੇ ਗੁਰੂ ਸਾਹਿਬ ਜੀ ਕਿਰਪਾ ਕਰਦੇ ਹਨ ਪ੍ਰੀਤਮ ਚਰਣੀ ਜੋ ਲੱਗੇ ਤਨ ਕੀ ਨਿਰਮਲ ਸੋਏ ਮਰ ਗਿੰਦੇ ਤਾਂ ਗੱਲ ਸੀ ਆਮ ਸੰਸਾਰ ਦੇ ਲੋਕਾਂ ਦੀ ਹੁਣ ਗੱਲ ਕਰੀਏ ਪ੍ਰਭੂ ਦੇ ਪਿਆਰਿਆਂ ਦੀ ਜਿਹੜੇ ਪ੍ਰਭੂ ਦੀ ਚਰਣੀ ਲੱਗੇ ਹਨ ਪ੍ਰੀਤਮ ਸੱਜਣ ਦੀ ਉਹਨਾਂ ਦੀ ਜਿਹੜੀ ਸੋਭਾ ਹੈ ਉਹਨਾਂ ਦੀ ਜਿਹੜੀ ਵਡਿਆਈ ਹੈ ਉਹਨਾਂ ਦੀ ਜਿਹੜੀ ਚਾਲ ਢਾਲ ਹੈ ਉਹ ਨਿਰਮਲ ਹੈ ਉਹ ਬੜੀ ਸੋਭਾ ਵਾਲੀ ਹੈ ਉਹਨਾਂ ਦਾ ਖਾਣਾ ਪੀਣਾ ਉਹਨਾਂ ਦਾ ਬੈਣ ਖਲਾਉਣ ਉਹਨਾਂ ਦਾ ਮਾਇਆ ਦਾ ਵਰਤਣਾ ਉਹਨਾਂ ਦੇ ਘਰ-ਬਾਰ ਸਾਰਾ ਕੁਝ ਹੀ ਪਵਿੱਤਰ ਹੈ ਨਿਰਮਲ ਹੈ ਜਿਉਂ ਨਾਮ ਜਪਦੇ ਨੇ ਇਸ ਕਰਕੇ ਮਹਾਰਾਜ ਨੇ ਆਖਿਆ ਵੀ ਨਾਮ ਜਪਣਾ ਤੇ ਪ੍ਰਭੂ ਦੀ ਚਰਣੀ ਲੱਗਣ ਕਰਕੇ ਹੋਰ ਜਿੰਨੇ ਵੀ ਦੁਨਿਆਵੀ ਕੰਮ ਕਰਨੇ ਹਨ ਸਾਰੇ ਸੋਭਾ ਨੇਕ ਹਨ ਜੇ ਪ੍ਰਭੂ ਦਾ ਨਾਮ ਯਾਦ ਹੈ ਤੇ ਜੇ ਪ੍ਰਭੂ ਦਾ ਨਾਮ ਜਾਦ ਨੇ ਫਿਰ ਸਾਰੇ ਹੀ ਫਟਕਾਰ ਜੋਗ ਹਨ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲਹੁ ਪ੍ਰਾਪਤ ਹੋਇ ਇਸ ਕਰਕੇ ਮਹਾਰਾਜ ਕਹਿੰਦੇ ਭਾਈ ਅਸੀਂ ਵੀ ਬੇਨਤੀ ਕਰਦੇ ਹਾਂ ਬੇਨਤੀ ਕਰਨ ਦੀ ਜਾਜ ਦੱਸ ਰਹੇ ਨੇ ਮਹਾਰਾਜ ਭਾਈ ਉਸ ਪ੍ਰਭੂ ਅੱਗੇ ਬੇਨਤੀ ਕਰੋ ਏ ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰੋ ਮਹਾਰਾਜ ਹੁਣ ਸਾਡੇ ਕੋਈ ਦੁੱਖ ਨਹੀਂ ਸਾਰਿਆ ਜਾਂਦਾ ਬੜਾ ਸਮਾਂ ਹੋ ਗਿਆ ਹੈ ਦੁਨੀਆ ਨੂੰ ਦੇਖ ਰਹੇ ਹਾਂ ਦੁਨੀਆ ਦੇ ਉੱਤੇ ਨਾਲ ਤਾਂ ਕੁਝ ਕਿਸੇ ਨੇ ਖੜਿਆ ਨਹੀਂ ਕੋਈ ਲੈ ਕੇ ਗਿਆ ਨਹੀਂ ਅਜੇ ਤੱਕ ਤੇ ਅਜੇ ਤੱਕ ਵੀ ਦੇਖ ਰਹੇ ਆਂ ਮਹਾਰਾਜ ਮਾਇਆ ਧਾਰੀ ਵੀ ਲੋਕ ਆਪਸ ਵਿੱਚ ਲੜੀ ਜਾਂਦੇ ਹਨ ਰੱਜ ਤਾਂ ਕਿਸੇ ਦਾ ਹੋਇਆ ਨਹੀਂ ਇਸ ਕਰਕੇ ਕਿਰਪਾ ਕਰੋ ਦੇਹ ਨਾਮ ਸੰਤੋਖਿਆ ਉਤਰੈ ਮਨ ਕੀ ਭੋਖ ਇਹ ਅਰਦਾਸ ਕਰਨੀ ਹੈ ਤੇ ਨਾਲ ਹੀ ਅਰਦਾਸ ਕਰਨੀ ਹੈ ਪ੍ਰਭ ਮਿਲ ਹੋ ਪ੍ਰਾਪਤ ਹੋਏ ਇਸ ਕਰਕੇ ਮਹਾਰਾਜ ਕਿਰਪਾ ਕਰੋ ਸਾਨੂੰ ਆਪਣੇ ਨਾਲ ਮਲਾ ਲਵੋ ਇਹ ਹੀ ਸਾਡੀ ਮਾਰੇ ਬੇਨਤੀ ਹੈ ਫਿਰ ਮਾਰਾ ਨੂੰ ਬੇਨਤੀ ਕਰੀਏ ਮਹਾਰਾਜ ਵਿਸਾਖ ਦਾ ਮਹੀਨਾ ਚੜ੍ਹਿਆ ਹੈ ਤੇ ਭਲਾ ਕਿਵੇਂ ਹੋਵੇ ਤੇ ਕਿਵੇਂ ਸੁਭਾਗਾ ਹੋਵੇ ਕਿਵੇਂ ਸਫਲਾ ਹੋਵੇ ਕਿਵੇਂ ਸੁਖਦਾਈ ਹੋਵੇ ਵੀ ਸਾਡਾ ਮਹੀਨਾ ਵਿਸਾਖ ਕਹੀਏ ਮਨੁੱਖਾ ਜੀਵਨ ਮਾਰੇ ਮਨੁੱਖਾ ਜੀਵਨ ਸਾਡਾ ਸਫਲਾ ਕਿਵੇਂ ਹੋਵੇ ਤੇ ਅਖੀਰਲੀ ਪੰਕਤੀ ਚ ਮਹਾਰਾਜ ਯੁਗਤੀ ਦੱਸਦੇ ਨੇ ਵੈਸਾਖ ਸੁਹਾਵਾ ਤਾਂ ਲੱਗੈ ਮਾਰੇ ਕਹਿੰਦੇ ਵੈਸਾਖ ਦਾ ਮਹੀਨਾ ਤਾਂ ਸੋਭ ਨੀਕ ਹੈ ਤਾਂ ਸੁਹਾਵਣਾ ਹੈ ਕਦੋਂ ਜਾ ਸੰਤ ਭੇਟੈ ਹਰ ਸੋਇ ਮਾਰੇ ਕਹਿੰਦੇ ਜੇ ਇਸ ਮਨੁੱਖਾ ਜੀਵਨ ਦੇ ਵਿੱਚ ਇਸ ਵੈਸਾਖ ਰੂਪੀ ਮਨੁੱਖਾ ਜੀਵਨ ਦੇ ਵਿੱਚ ਵੈਸਾਖ ਰੂਪੀ ਇਸ ਮਹੀਨੇ ਦੇ ਵਿੱਚ ਜੇ ਕੋ ਸੰਤ ਮਿਲ ਪਵੇ ਪੂਰਨ ਪ੍ਰਮਾਤਮਾ ਦਾ ਸੰਤ ਗੁਰਮੁਖ ਪਿਆਰਾ ਮਿਲ ਪਵੇ ਜੇ ਨਾ ਮਿਲੇ ਤੇ ਗੁਰੂ ਕੀ ਸਾਧ ਸੰਗਤ ਮਿਲ ਪਵੇ ਜੇ ਗੁਰੂ ਕੀ ਸਾਧ ਸੰਗਤ ਨਹੀਂ ਕੋਈ ਗੁਰੂ ਕਾ ਸਿੱਖ ਮਿਲ ਜਾਵੇ ਗੁਰੂ ਸਾਹਿਬ ਦੇ ਲਾਗੇ ਬਹਿ ਜਾਣਾ ਗੁਰਗ੍ਰੰਥ ਸਾਹਿਬ ਮਹਾਰਾਜ ਲਾਗੇ ਬਹਿ ਕੇ ਸੇਵਾ ਕਰਨੀ ਬਾਣੀ ਪੜ੍ਹਨੀ ਬਾਣੀ ਸਰਵਣ ਕਰਨੀ ਇਹ ਵੀ ਸੰਤਾਂ ਦੀ ਸੰਗਤ ਨਾਲੋਂ ਘੱਟ ਨਹੀਂ ਹੈ ਇਸ ਕਰਕੇ ਮਹਾਰਾਜ ਕਹਿੰਦੇ ਜਿਨ੍ਹਾਂ ਨੂੰ ਅਕਾਲ ਪੁਰਖ ਪੂਰਨ ਸੰਤ ਭੇਟ ਦੇਣ ਮਿਲਾ ਦੇਣ ਮਲਾਪ ਕਰਾ ਦੇਣ ਉਹਨਾਂ ਦਾ ਵੈ ਸਾਖ ਦਾ ਮਹੀਨਾ ਮਨੁੱਖਾ ਜਨਮ ਸਹਾਵਾ ਹੈ ਇਸ ਕਰਕੇ ਮਹਾਰਾਜ ਅਰਦਾਸ ਕਰਨੀ ਚਾਹੀਦੀ ਹੈ ਮਹਾਰਾਜ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚ ਤੇ ਆਵੇ ਮਹਾਰਾਜ ਜਿਨ੍ਹਾਂ ਨੂੰ ਮਿਲਦੇ ਨਾਲ ਜਿਨ੍ਹਾਂ ਦੇ ਦਰਸ਼ਨ ਕਰਨ ਦੇ ਨਾਲ ਜਿਨ੍ਹਾਂ ਦੇ ਬਚਨ ਸੁਣਦੇ ਨਾਲ ਜਿਨ੍ਹਾਂ ਦੀਆਂ ਗੱਲਾਂ ਕਰਨ ਦੇ ਨਾਲ ਤੁਹਾਡੀ ਯਾਦ ਮਨ ਦੇ ਵਿੱਚ ਪੱਕ ਜਾਵੇ ਤੁਹਾਡੇ ਨਾਲ ਪ੍ਰੇਮ ਭਵੇ ਮਾਰੇ ਕਿਰਪਾ ਕਰੋ ਉਹਨਾਂ ਦਾ ਸੰਗ ਮਿਲੇ ਉਹਨਾਂ ਨਾਲ ਸਾਨੂੰ ਮਿਲਾਓ ਇਹ ਅਰਦਾਸ ਕਰਨ ਦੀ ਮਾਰੇ ਨੇ ਜਾਜ ਦਸੀ ਹੈ ਸੋ ਇਸ ਤਰ੍ਹਾਂ ਸਾਧ ਸੰਗਤ ਜੀ ਇਹ ਵੇ ਸਾਖ ਦੇ ਮਹੀਨੇ ਦੀ ਆਪ ਜੀ ਨੇ ਵਿਚਾਰ ਸਵਣ ਕੀਤੀ ਹੈ ਮਾਰੇ ਕਿਰਪਾ ਕਰਨਾ ਹਈਆਂ ਬੇਨਤ ਬੱਲਾਂ ਦੀ ਖਿਮਾ ਬਖਸ਼ਣ ਅਗਾਹ ਵਾਸਤੇ ਸਮਤ ਬਖਸ਼ਣ ਆਓ ਖੇਲਦੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲਹੁ ਪ੍ਰਾਪਤ ਹੋਇ ਵੈ ਸਾਖ ਸੁਹਾਵਾ ਤਾਂ ਲੱਗੈ ਜਾ ਸੰਤ ਭੇਟੈ ਹਰ ਸੋਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ